अस्सलाम वालेकुम राव साहब, की हाल चाल है? ठीक हो? बड़े तिल बार कट के रखे, की गल है? बस ये माल आया बेचण वास्ते, विकण वास्ते, अपना बेचण वास्ते पताल करो, तो हुण वेचना तो है जी, लेकिन जिहड़ा ना रेट तुसीं इन्ना नहीं दे रहे, 17,200 17,300 500 तक रेट है। ते की चांस आ वधेगा तिलां दा रेट? नहीं, मुश्किल है, इत्थे ही है, जदों दी तकरीबन 15-20 दिन हो गए इत्थे रेट टिक्या होया, 17,000 तक, 16,500 तो लैके। ते किसानां कोल तां खतम हो गया तिल, कित्थों आ रहा? स्टाक ही कढ़दे पए आ? कित्थों आ किसानां कोल स्टाक ही निकलदा पिया माल? व्यापारी माल बाहर आ रहा, जिमीदार भी माल बाहर आ रहा। ते की चांस आ कि अगले पिछले साल तो बड़ा 24,000 तक रेट चला गया सी, ऐतकी जाएगा? इस वारी तो मुश्किल है, 50-50 है, कुछ पता नहीं है, चांस है तो अल्लाह नु पता भी की बनेगा। बाकी मार्केट दी सूरत हाल तो यही लगता कि घटेगा वधेगा नहीं? ठीक है, बार्डर बंद होने नाल उन्हां नाल हुण गंदम दा रेट भी थल्ले आया, दा जिंसा दा रेट तकरीबन टिक्या दा, ते कणक दा रेट इन्ना डिगण दी की वजह वा? कह रही है गवर्नमेंट भी ना कुछ चीज बाहरों मंगवानी है कणक। ते कोई चांस है के वधन दे? नहीं, कोई चांस नहीं है, ठीक है, 4,000 4,400 बस। ਝੋਨਾ ਕੱਲ ਉੱਥੇ ਆਰ ਐਫ ਵਾਲਾ 5,000 ਨੂੰ ਵਿਕ ਗਿਆ, ਇਹਦੇ ਕੀ ਚਾਂਸ ਆ ਵਧਣ ਦੇ? ਮੰਡੀ 'ਚ 44-4500 ਰਿਹਾ, ਮੰਡੀ 'ਚ ਕੱਲ ਮੀਆਂ ਚਾਹ ਨੂੰ ਮੰਡੀ 'ਚ ਵੀ ਕੱਲ 44-4500 ਰੇਟ ਵਿਕਿਆ ਆਰ ਵਾਲਾ। ਅੱਛਾ, ਹਾਂਜੀ, ਦੂਸਰਾ ਜਿਹੜਾ ਕੱਟਰ ਆ 4,000 4,500 ਵਿਕਿਆ। ਅਤੇ ਕੀ ਵਜ੍ਹਾ ਵਾ ਝੋਨੇ ਦਾ ਰੇਟ ਕੱਲ ਤੋਂ ਨਹੀਂ ਵੱਧਦਾ ਪਿਆ? ਵੱਧ ਲੈਵਲ ਦੇ ਹਿਸਾਬ ਨਾਲ ਹੀ ਹੈ ਨਾ ਜੀ, ਪਿਛਲੇ ਸਾਲ ਬੜਾ 6,000 ਨੂੰ ਚਲਾ ਗਿਆ ਸੀਗਾ। 6,000 ਤਾਂ ਪਿਛਲੇ ਸਾਲ ਫਸਲ, ਇਸ ਵਾਰੀ ਫਸਲ ਦੇ ਹਿਸਾਬ ਨਾਲ, ਮਾਰਕੀਟ ਦੇ ਹਿਸਾਬ ਨਾਲ, ਰੈਵਲ ਦੇ ਹਿਸਾਬ ਨਾਲ ਤਕਰੀਬਨ ਰੇਟ ਇੰਨਾ ਹੀ ਆ, 5,000 ਤੱਕ ਰੇਟ ਬਣੇਗਾ ਇਹਦਾ, ਜ਼ਿਆਦਾ ਨਹੀਂ। ਸਹੀ ਹੋ ਗਿਆ। ਅਤੇ ਕਪਾਹ ਦਾ ਰੇਟ ਕਿਦੋਂ ਵਧਣ ਦੇ ਚਾਂਸ ਹੈਗੇ? ਕੋਈ ਚਾਂਸ ਨਹੀਂ ਹੈ ਜੀ, ਕਪਾਹ ਦੇ ਖਰੀਦੀ ਕੋਈ ਨਹੀਂ ਆ, ਲੋਕ ਲੈ ਨਹੀਂ ਰਹੇ, ਦਰਅਸਲ ਡਾਲਰ ਉੱਪਰ ਥੱਲੇ ਜਾਣ ਨਾਲ ਨਾ ਲੋਕਾਂ ਦਾ ਦੇਣ 'ਚ ਆ ਵੀ ਇਹ ਥੱਲੇ ਜਾਏਗੀ ਰੋਈ, ਇਸ ਵਜ੍ਹਾ ਨਾਲ ਰੇਟ ਵੀ ਬਣ ਰਿਹਾ। ਸਰੋਂ ਦੇ ਬੜੇ ਪਰੇਸ਼ਾਨ ਆ ਸਟਾਕੀਏ? ਸਰੋਂ ਤਾਂ ਕੋਈ ਚਾਂਸ ਨਹੀਂ ਹੈ, ਸਰੋਂ ਤਾਂ ਕੋਈ ਚਾਂਸ ਨਹੀਂ, ਕਿਉਂਕਿ ਸਰੋਂ ਤਾਂ ਉੱਥੇ ਹੀ ਆ ਜਿੱਥੇ ਹੈਗੀ ਆ, ਵੇਚ ਦੇਣੀ ਚਾਹੀਦੀ, ਵੇਚ ਦੇਣੀ, ਪਰ ਜਿਹੜੇ ਰੱਖੇ ਹੋਏ ਆ ਉਹ ਨਵੀਂ ਆ ਜਾਣੀ ਫਾਇਦਾ। ਕਿਹੜੀ ਜਿੰਸ ਐਸੀ ਹੈ ਜਿਹੜੀ ਹੁਣ ਸਟਾਕ ਕਰਨੀ ਚਾਹੀਦੀ ਫਾਇਦਾ ਦੇ ਜਾਏਗੀ? ਜ਼ਿਆਦਾ ਦੇ ਜੇ, ਮੂੰਗੀ 'ਚ ਫਾਇਦਾ ਸੀਗਾ, ਮੂੰਗੀ ਲੋਕਾਂ ਨੇ ਰੱਖੀ, ਫਾਇਦਾ ਦਿੱਤਾ, ਤਿਲਾਂ 'ਚ ਤਿਲ ਰੱਖੇ ਲੋਕਾਂ ਨੇ ਫਾਇਦਾ ਦਿੱਤਾ, 1,000-2,000 ਰੁਪਈਆ ਤਿਲਾਂ 'ਚ ਵੀ, ਚਲੋ ਮਨ ਦਾ ਕਮਾਇਆ ਹੀ ਹੈ ਨਾ ਲੋਕਾਂ ਨੇ, ਰੋਜ਼ੀ ਰੋਟੀ ਲੋਕ ਕਰਦੇ ਹੀ ਪਏ ਆ। ਸਹੀ ਹੋ ਗਿਆ। ਅਤੇ ਕੀ ਆਪਣੀਆਂ ਦਾ ਕਮਿਸ਼ਨ ਸ਼ਾਪ ਦਾ ਐਡਰੈਸ ਕੀ ਆ, ਨਾਮ ਕੀ ਆ? ਰਾਓ ਬ੍ਰਦਰ ਕਮਿਸ਼ਨ ਸ਼ਾਪ, ਗੰਨਾ ਮੰਡੀ, ਆਫਦ ਰਾਓ, ਮੁਹੰਮਦ ਅਨਵਰ, 0302-6999-394। ਬਹੁਤ ਸ਼ੁਕਰੀਆ ਜੀ।